ਥੋੜ੍ਹੀ ਦੇਰ ਤੋਂ ਬਾਅਦ SDM ਸਾਹਿਬ ਮੌਕੇ 'ਤੇ ਪਹੁੰਚੇ ਨੇ। ਜਿਹੜੇ ਸਮੁਦਾਇ ਦੁਆਰਾ ਧਰਨਾ ਲਾਇਆ ਸੀ ਉਹਨਾਂ ਨੂੰ ਉਹਨਾਂ ਨੇ ਇੱਕ ਮੰਗ ਪੱਤਰ SDM ਸਾਹਿਬ ਨੂੰ ਦਿੱਤਾ। ਸਾਡੇ ਨਾਲ ਮੌਜੂਦ ਹੈ ਜਲੰਧਰ ਦੇ SDM ਅਤੇ ਉਹ ਗੱਲਬਾਤ ਕਰਦੇ ਲੋਕਾਂ ਦਾ ਕੀ ਕਹਿਣਾ ਅਤੇ ਇਹਨਾਂ ਨੂੰ ਕੀ ਦੱਸਿਆ। ਸਰ ਕੀ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ? ਮੰਗ ਪੱਤਰ ਮੈਂ ਅਜੇ ਪੜ੍ਹ ਨਹੀਂ ਸਕਿਆ, ਪਰ ਇਹ ਜਿਹੜੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਅੱਜ, ਇੱਕ ਰਵਿਦਾਸ ਮੰਦਿਰ ਹੈਗਾ ਦਿੱਲੀ ਦੇ ਵਿੱਚ, ਉਹਦੇ ਸੰਬੰਧ ਵਿੱਚ ਹੈਗਾ। ਆਪਣੀ ਜਿਹੜੀ ਇੱਥੇ ਦੀ ਸੰਬੋਧਿਤ ਇਕੱਠੀ ਇਕੱਠ ਹੋਇਆ ਉਹਨੂੰ ਅਪੋਜ਼ ਕਰ ਰਿਹਾ ਹੈਗਾ, ਅਤੇ ਉਹਨਾਂ ਨੇ ਬੜੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਜਿਹੜਾ ਰਿਪ੍ਰਜੈਂਟੇਸ਼ਨ ਹੈ ਸਾਨੂੰ ਦਿੱਤਾ, ਆਪਾਂ ਇਹਨੂੰ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ। ਥੈਂਕ ਯੂ। ਇਹ ਸੀ ਸਾਡੇ ਨਾਲ ਜਲੰਧਰ ਦੇ SDM ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਮੰਗ ਪੱਤਰ ਤਾਂ ਮਿਲ ਗਿਆ, ਜਿਹੜਾ ਮੰਗ ਪੱਤਰ ਹੁਣ ਸਰਕਾਰ ਤੱਕ ਪਹੁੰਚਾ ਦਿੱਤਾ ਜਾਏਗਾ। ਕੈਮਰਾਮੈਨ ਜਤੇ ਦੇ ਨਾਲ ਮੈਂ ਪੰਕਜ ਸ਼ਰਮਾ, ਦੈਨਿਕ ਸਵੇਰਾ TV ਜਲੰਧਰ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੇਵਾ ਸੈਟੀ, ਆਈ ਐਮ ਫਰੋਮ ਫਗਵਾੜਾ ਔਰ ਮੈਂ 25 ਸਾਲ ਕੀ ਹੂੰ। ਵਨ ਆਫ ਮਾਈ ਫਰੈਂਡ ਫਰੋਮ ਜਲੰਧਰ, ਉਹਨੇ ਮੁਝੇ ਬੋਡੀ ਫੈਟ ਕੇ ਬਾਰੇ ਮੈਂ ਬਤਾਇਆ। ਸਿਰਫ 3 ਮਹੀਨੇ ਯਹਾਂ ਪੇ ਸਪੈਂਡ ਕਰਨੇ ਕੇ ਬਾਅਦ ਮੈਨੇ ਟੋਟਲ ਵੇਟ ਲਾਸ ਯਹਾਂ ਪੇ 16 ਕੇਜੀ ਕੀਆ ਹੈ ਔਰ ਮੇਰਾ ਇੰਚ ਲਾਸ ਵੀ 70 ਪਲੱਸ ਕੀਆ ਹੈ। ਆਈ ਵੁੱਡ ਲਾਈਕ ਟੂ ਸੇ ਪਲੀਜ਼ ਕਮ ਹੇਅਰ ਫੋਰ ਅ ਹੈਲਦੀ ਵੇਟ ਲਾਸ ਐਂਡ ਯੂ ਵਿਲ ਸੀ ਦ ਰਿਜ਼ਲਟਸ। ਥੈਂਕ ਯੂ ਸੋ ਮਚ।